ਲੋਕ ਸਭਾ ਚੋਣਾਂ ਦੀ ਸੁਰੱਖਿਆ ਦੇ ਲਈ ਥਾਣਾ ਆਦਮਪੁਰ ਦੁਆਰਾ ਫਲਾਇੰਗ ਮਾਰਚ ਕੱਢਿਆ ਗਿਆ। SSP ਨਵਜੋਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਲੋਕ ਸਭਾ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ 'ਤੇ SSP ਨਵਜੋਤ ਸਿੰਘ ਮਾਨ, DSP ਗੁਰਦੇਵ ਸਿੰਘ, SHO ਸਰਬਜੀਤ ਸਿੰਘ, AR ਮੈਡਮ ਆਸ਼ਿਕਾ ਅਤੇ ਹੋਰ ਅਨੇਕਾਂ ਪੁਲਿਸ ਅਫਸਰ ਸ਼ਾਮਿਲ ਹੋਏ। ਆਦਮਪੁਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਅੱਜ ਆਦਮਪੁਰ ਦੇ ਵਿੱਚ, ਆਦਮਪੁਰ ਦੇ ਰੂਰਲ ਏਰੀਏ ਦੇ ਵਿੱਚ ਵੀ ਮੈਂ ਅਤੇ ਆਸ਼ਿਕਾ ਮੈਡਮ, ਜਿਹੜੇ ਕਿ ਇੱਥੋਂ ਦੇ AR ਨੇ, ਅਸੀਂ ਇੱਕ ਫਲੈਗ ਮਾਰਚ ਕੱਢ ਰਹੇ ਹਾਂ। ਇਸ ਫਲੈਗ ਮਾਰਚ ਦਾ ਮੋਟਿਵ ਇਹ ਹੈ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਬਣੇ, ਕੌਨਫੀਡੈਂਸ ਬਣੇ ਕਿ ਪੁਲਿਸ ਇੱਥੇ ਪੂਰੀ ਐਕਟਿਵ ਹੈ ਅਤੇ ਉਹ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਸੰਕੋਚ ਤੋਂ ਜਾ ਕੇ ਆਪਣੀ ਵੋਟਿੰਗ ਕਰਨ। ਅਤੇ ਸਰ, ਇਹ ਆਦਮਪੁਰ ਦੇ ਜਿਹੜੇ ਤਕਰੀਬਨ ਸਾਰਾ ਹਲਕਾ ਆ, ਕਿੰਨੇ ਕੁ ਦੇ ਬੂਥ ਬਣ ਗਏ ਜਾਂ ਕਹਿੰਦਾ ਮਤਲਬ ਕਿੰਨੇ ਕੁ ਪਿੰਡਾਂ ਦੀ ਗੈਦਰਿੰਗ ਹੈ? ਇਹ ਜਿਹੜਾ ਆਦਮਪੁਰ ਦੀ ਸਬ ਡਿਵੀਜ਼ਨ ਹੈਗੀ ਹੈ ਜਾਂ ਆਦਮਪੁਰ ਕੌਨਸਟੀਚੁਐਂਸੀ ਹੈ, ਇਹਦੇ ਵਿੱਚ ਸਾਰੇ ਹੀ ਪਿੰਡ ਜਿਹੜੇ ਨੇ ਇਸ ਕੌਨਸਟੀਚੁਐਂਸੀ ਦੇ, ਉਹਨਾਂ ਦੇ ਵਿੱਚ ਬੂਥਸ ਬਣੇ ਹੋਏ ਨੇ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਅਸੀਂ ਸਾਰੇ ਜਲੰਧਰ ਰੂਰਲ ਦੇ ਵਿੱਚ ਤਕਰੀਬਨ 3800 ਬੰਦਾ ਅਸੀਂ ਡਿਊਟੀ 'ਤੇ ਲਾਇਆ ਹੋਇਆ, ਜਿਹਦੇ ਵਿੱਚ ਸਾਡੀਆਂ 40 ਟੀਮਾਂ FST ਦੀਆਂ, 41 FST ਦੀਆਂ, SST ਦੀਆਂ, ਨਾਲ ਹੀ ਪੈਟਰੋਲਿੰਗ ਪਾਰਟੀਜ਼ ਬਾਹਰ ਹੋਣਗੀਆਂ। ਇਸੇ ਤਰੀਕੇ ਨਾਲ ਹੀ ਅਸੀਂ ਸਾਰੇ ਅਫਸਰ, ਤਕਰੀਬਨ ਸਾਡੇ 3 DSP ਹੋਣਗੇ ਅਤੇ 3 SP ਅਤੇ 14 DSP ਸਾਰੇ ਇਲਾਕੇ ਦੇ ਵਿੱਚ ਬਾਹਰ ਰਹਿਣਗੇ, ਸਾਰੇ ਏਰੀਆ ਨੂੰ ਡੋਮੀਨੇਟ ਕਰਾਂਗੇ। ਅਤੇ ਅਸੀਂ ਆਸ਼ਵਾਸਨ ਦਵਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਕਿ ਇਹ ਜਿਹੜੀ ਪੋਲ ਹੈ ਅਸੀਂ ਫ੍ਰੀ ਅਤੇ ਫੇਅਰ ਕਰਾਵਾਂਗੇ। ਸਰ, ਵੋਟਰਾਂ ਲਈ ਤੁਹਾਡਾ ਜਿਹੜੇ ਵੋਟਰ ਹੈ ਉਹਨਾਂ ਲਈ ਕੀ ਸੰਦੇਸ਼ ਹੈ? ਵੋਟਰਾਂ ਨੂੰ ਵੱਧ ਚੜ੍ਹ ਕੇ ਨਿਕਲਣਾ ਚਾਹੀਦਾ ਅਤੇ ਵੋਟਿੰਗ ਕਰਨੀ ਚਾਹੀਦੀ ਹੈ। ਜਿਹੜਾ ਸਾਡਾ ਰੋਲ ਹੈਗਾ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਦਾ, ਉਹ ਅਸੀਂ ਬਾਖੂਬੀ ਕਰਾਂਗੇ ਅਤੇ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਬੂਥ 'ਤੇ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਹੋਵੇ।